ਸੋ ਹੈਲੋ एवरीवन वेलकम टू द ਟੈਟ ਬਜ਼ਾਰ ਐਜੂਕੇਸ਼ਨਲ ਚੈਨਲ ਮਾਈ ਨੇਮ ਇਜ਼ ਕਰਨ ਐਂਡ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਪਣੀ ਕਰੰਟ ਅਫੇਅਰ ਦੀ ਸੀਰੀਜ਼ ਜਿਸ ਦਾ ਹੈ ਜੀ ਅੱਜ ਆਪਨੇ ਕੋਲ ਪਾਰਟ B ਜੋ ਕਿ ਮਾਰਚ 11 ਤੋਂ ਲੈ ਕੇ ਮਾਰਚ 15 ਤੱਕ ਦਾ ਰਹੇਗਾ ਠੀਕ ਹੈ ਜੀ ਸੋ ਆਪਾਂ ਆਪਣੀ ਫਾਈਲ ਵੱਲ ਵਧਦੇ ਹਾਂ ਜੀ ਆਪਣਾ ਅੱਜ ਦਾ ਟੌਪਿਕ ਹੈ ਜੀ ਕਰੰਟ ਅਫੇਅਰਸ ਮਾਰਚ 2021 ਠੀਕ ਹੈ ਜੀ ਪਾਰਟ B ਤੋ ਆਪਨੇ ਕੁਝ ਕੋਰਸ ਚੱਲ ਰਹੇ ਹਨ ਜਿਵੇਂ ਜੀ ਐਂਟੀਟੀ 8393 ਦਾ ਕੋਰਸ ਬਹੁਤ ਹੀ ਹੋਟਸੇਲ ਵਿੱਚ ਹੈ ਠੀਕ ਹੈ ਜੀ 10 ਦੇ 10 ਸਬਜੈਕਟ ਦੀ ਤੁਸੀਂ ਤਿਆਰੀ ਕਰ ਬੈਠੇ ਕਰ ਸਕਦੇ ਹੋ ਠੀਕ ਹੈ ਜੀ ਥਿਊਰੀ ਪਲੱਸ ਐਮਸੀਕਿਊਜ਼ ਠੀਕ ਹੈ ਜੀ ਹਰ ਥਿਊਰੀ ਤੋਂ ਬਾਅਦ ਐਮਸੀਕਿਊਜ਼ ਆ ਰਹੇ ਹਨ ਠੀਕ ਹੈ ਜੀ ਐਂਡ ਅਗਰ ਜੇ ਤੁਸੀਂ ਤਿੰਨ ਸਬਜੈਕਟ ਜੋ ਕਿ ਬਹੁਤ ਮੇਨ ਹਨ ਜਿਵੇਂ ਸੀਡੀਪੀ ਕਰਿਕੂਲਮ ਐਂਡ ਪੋਲਿਸੀਜ਼ ਐਂਡ ਪ੍ਰੋਗਰਾਮਸ ਇਹਨਾਂ ਦੀ ਤਿਆਰੀ ਵੀ ਤੁਸੀਂ ਕਰ ਬੈਠੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇਸ ਨੰਬਰ ਤੇ ਕੰਟੈਕਟ ਕਰਿਓ ਠੀਕ ਹੈ ਜੀ ਐਂਡ ਬਾਕੀ ਤੁਸੀਂ ਆਪਣਾ ਟੈਟ ਬਜ਼ਰ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲ ਪੇਪਰ 2 ਦਾ ਕੋਰਸ ਐਸਐਸਟੀ ਦਾ ਸੈਪਰੇਟ ਕੋਰਸ ਵੀ ਅਵੇਲੇਬਲ ਹੈ ਅਤੇ ਮੈਥ ਐਂਡ ਸਾਇੰਸ ਦਾ ਵੀ ਸੈਪਰੇਟ ਕੋਰਸ ਅਵੇਲੇਬਲ ਹੈ ਜੀ ਠੀਕ ਹੈ ਜੀ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਆਪਣੇ ਲੈਕਚਰ ਦੀ ਵਿਸ਼ਵ ਉਪਭੋਗਤਾ ਅਧਿਕਾਰ ਦੇ ਵੱਸ ਯਾਨੀ ਕਿ ਵਰਲਡ ਕੰਜ਼ਿਊਮਰ ਰਾਈਟਸ ਡੇ ਵਰਲਡ ਕੰਜ਼ਿਊਮਰ ਰਾਈਟਸ ਡੇ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਸੋ ਵਰਲਡ ਕੰਜ਼ਿਊਮਰ ਰਾਈਟਸ ਡੇ ਹਰ ਸਾਲ ਮਨਾਇਆ ਜਾਂਦਾ ਹੈ ਜੀ 15 ਮਾਰਚ ਨੂੰ 15 ਮਾਰਚ ਨੂੰ ਇਸ ਤੋਂ ਇਲਾਵਾ ਜੇ ਆਪਾਂ ਨੈਸ਼ਨਲ ਕੰਜ਼ਿਊਮਰ ਰਾਈਟਸ ਡੇ ਦੀ ਗੱਲ ਕਰੀਏ ਨੈਸ਼ਨਲ ਨੈਸ਼ਨਲ ਦੀ ਜੇ ਗੱਲ ਕਰੀਏ ਤਾਂ ਉਹ ਮਨਾਇਆ ਜਾਂਦਾ ਹੈ ਜੀ 24 ਦਸੰਬਰ ਨੂੰ ਨੈਸ਼ਨਲ ਕੰਜ਼ਿਊਮਰ ਰਾਈਟਸ ਡੇ ਮਨਾਇਆ ਜਾਂਦਾ ਹੈ ਜੀ 24 ਦਸੰਬਰ ਨੂੰ ਇਸ ਦਾ ਮੇਨ ਮਕਸਦ ਕੀ ਹੈ ਕਿ ਜਾਗੋ ਗ੍ਰਾਹਕ ਜਾਗੋ ਉਪਭੋਗਤਾ ਦਾ ਸੁਰੱਖਸ਼ਨ ਠੀਕ ਹੈ ਜੀ ਤੋ ਅਗਰ ਜੇ ਆਪਾਂ ਆਪਸ਼ਨ ਵਿੱਚ ਦਿੱਤੇ ਬਾਕੀ 2 ਦਿਨਾਂ ਦੀ ਗੱਲ ਕਰੀਏ ਤਾਂ 23 ਜਨਵਰੀ ਨੂੰ ਮਨਾਇਆ ਜਾਂਦਾ ਹੈ ਜੀ ਪਰਾਕਰਮ ਦਿਵਸ ਪਰਾਕਰਮ ਦਿਵਸ ਕਿਉਂਕਿ ਇਸ ਦਿਨ ਨੇਤਾ ਜੀ ਸੁਭਾਸ਼ ਚੰਦਰ ਜੀ ਦਾ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਸੀ ਠੀਕ ਹੈ ਜੀ ਅਗਰ ਜੇ 24 ਜਨਵਰੀ ਦੀ ਗੱਲ ਕਰੀਏ ਤਾਂ ਇਸ ਦਿਨ ਮਨਾਇਆ ਜਾਂਦਾ ਹੈ ਜੀ ਨੈਸ਼ਨਲ ᱜਰਲ ਚਾਈਲਡ ਡੇ ਨੈਸ਼ਨਲ ᱜਰਲ ਚਾਈਲਡ ਡੇ ਠੀਕ ਹੈ ਜੀ ਸੋ ਆਪਨੇ ਇਸ ਕੁਐਸਚਨ ਦਾ ਆਨਸਰ ਹੈ ਜੀ 15th ਮਾਰਚ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ ਤੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ 10000 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਕੌਣ ਹੈ ਸੋ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਇਹ ਆਪਣੀ ਕੈਪਟਨ ਹੈ ਜੀ ਮਿਥਾਲੀ ਰਾਜ ਮਿਥਾਲੀ ਰਾਜ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਜੋ ਆਪਣਾ ਸਾਊਥ ਅਫਰੀਕਾ ਨਾਲ ਊਮੈਨਸ ਦਾ ਮੈਚ ਚੱਲ ਰਿਹਾ ਹੈ ਜੀ ਲਖਨਊ ਵਿੱਚ ਉੱਥੇ ਰਿਕਾਰਡ ਤੋੜਿਆ ਹੈ ਤੇ ਉਹਨੂੰ ਵਰਲਡ ਦੇ ਬਣ ਗਏ ਹਨ ਸੈਕੰਡ ਨੰਬਰ ਤੇ ਠੀਕ ਹੈ ਜੀ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੀ ਸੈਕੰਡ ਊਮੈਨ ਬਣ ਗਈ ਹੈ ਠੀਕ ਹੈ ਜੀ ਔਰ ਫਰਸਟ ਨੰਬਰ ਤੇ ਕੌਣ ਹੈਤਾ ਫਰਸਟ ਨੰਬਰ ਦੀ ਗੱਲ ਕਰੀਏ ਤਾਂ ਚਾਰਲਟ ਐਡਵਰਸ ਚਾਰਲਟ ਐਡਵਰਸ ਜਿਨ੍ਹਾਂ ਦੇ ਕਿੰਨੇ ਸਕੋਰ ਹੈ ਜੀ 10273 ਯਾਨੀ ਕਿ ਮਿਥਾਲੀ ਰਾ ਜਲਦੀ ਹੀ ਇਹਨਾਂ ਦਾ ਰਿਕਾਰਡ ਤੋੜ ਦੇਵੇਗੀ ਅਤੇ ਫਰਸਟ ਨੰਬਰ ਤੇ ਆਉਣ ਦੇ ਇਹਨਾਂ ਦੇ ਜਲਦੀ ਹੀ ਚਾਂਸ ਹੈ ਸੋ ਆਪਾਂ ਇਹਨਾਂ ਬਾਰੇ ਇੱਕ ਕੁਐਸਚਨ ਮਤਲਬ ਫਿਊਚਰ ਵਿੱਚ ਜਲਦੀ ਹੀ ਪੜ੍ਹ ਸਕਦੇ ਹਾਂ ਸੋ ਚਾਰਲਟ ਐਡਵਰਸ ਕਿੱਥੋਂ ਦੇ ਸਨ ਇਹ ਸਮਝ ਮੈਂ ਇੰਗਲੈਂਡ ਦੇ ਠੀਕ ਹੈ ਜੀ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ So, इस so, so, ग्लोबल आयुर्वेदिक फेस्टिवल सो ग्लोबल आयुर्वेदिक फेस्टिवल जो हाल ही ਦੇ ਵਿੱਚ ਜਿਸ ਦਾ ਉਦਘਾਟਨ ਹੋਇਆ ਹੈ ਸੋ ਇਸ ਨੂੰ ਇਸ ਦਾ ਉਦਘਾਟਨ ਕਿਸ ਨੇ ਕੀਤਾ ਸੋ ਆਪਣੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਇਸ ਦਾ ਉਦਘਾਟਨ ਕੀਤਾ ਸੋ ਇਹ ਜੋ ਫੈਸਟੀਵਲ ਹੈ ਇਹ ਲਾਰਜੈਸਟ ਵਰਚੁਅਲ ਗਲੋਬਲ ਆਯੁਰਵੇਦ ਦਾ ਫੈਸਟੀਵਲ ਹੈ ਲਾਰਜੈਸਟ ਵਰਚੁਅਲ ਹੈ ਕਿਉਂ ਯਾਨੀ ਕਿ ਇਹ ਔਨਲਾਈਨ ਹੈ ਠੀਕ ਹੈ ਜੀ ਸੋ ਇਸ ਦਾ ਉਦਘਾਟਨ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਜੀ ਨੇ 12 ਮਾਰਚ 2000 2021 ਨੂੰ 12 ਮਾਰਚ 2021 ਨੂੰ ਠੀਕ ਹੈ ਜੀ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਹਾਲ ਹੀ ਦੇ ਵਿੱਚ ਕਿਸ ਰਾਜ ਨੇ UN Women ਦੇ ਸਹਿਯੋਗ ਨਾਲ ਟੈਕ ਫੈਸਟ ਟੈਕ ਯਾਨੀ ਟੈਕਨੋਲੋਜੀ ਟੈਕਨੋਲੋਜੀ ਨਾਲ ਰਿਲੇਟਡ ਇੱਕ ਫੈਸਟੀਵਲ ਲੱਗਿਆ ਹੈ ਜੀ ਕਿਸ ਦੀ ਮਦਦ ਨਾਲ UN Women ਦੀ ਮਦਦ ਨਾਲ UN Women ਇੱਕ ਸੰਸਥਾ ਹੈ ਉਸ ਦੀ ਮਦਦ ਨਾਲ ਕਿਹੜੀ ਸਟੇਟ ਵਿੱਚ ਆਪਾਂ ਦੱਸਣਾ ਹੈ ਸੋ ਇਹ ਲੱਗਿਆ ਜੀ ਆਪਣੀ ਸਟੇਟ ਸਟੇਟ ਆਫ ਪੰਜਾਬ ਠੀਕ ਹੈ ਜੀ ਸੋ ਪੰਜਾਬ ਵਿੱਚ ਇੱਕ ਟੈਕ ਫੈਸਟੀਵਲ ਲੱਗਿਆ ਹੈ ਜਿਸ ਦੇ ਨਾਲ ਕਿਸ ਦੀ ਸਾਂਝੇਦਾਰੀ ਨਾਲ UN women ਸੰਸਥਾ ਦੀ ਸਾਂਝੇਦਾਰੀ ਨਾਲ ਤਾਂ ਆਪਣੇ ਕੋਲ ਆਪਣਾ next question ਹੈ ਜੀ ਪੰਦਰਾਂ ਮਹੀਨਿਆਂ ਤੋਂ ਬਾਅਦ ਜਾਣੀ ਕਿ ਪੂਰੇ ਕੋਰੋਨਾ ਕਾਲ ਤੋਂ ਬਾਅਦ ਜਦੋਂ ਕਿ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਜਾ ਰਹੇ ਹਨ ਇੱਕ ਵਿਦੇਸ਼ ਯਾਤਰਾ ਤੇ ਕਦੋਂ ਜਾ ਰਹੇ ਹਨ ਜੀ ਛੱਬੀ ਮਾਰਚ ਦੋ ਹਜ਼ਾਰ ਇੱਕੀ ਨੂੰ ਠੀਕ ਹੈ ਜੀ ਸੋ ਮੋਦੀ ਜੀ ਜਾ ਰਹੇ ਹਨ ਵਿਦੇਸ਼ ਯਾਤਰਾ ਤੇ ਸੋ ਪਹਿਲਾ ਦੇਸ਼ ਕਿਹੜਾ ਹੋਏਗਾ ਜਿੱਥੇ ਉਹ ਪੰਦਰਾਂ ਮਹੀਨਿਆਂ ਬਾਅਦ visit ਕਰਨਗੇ ਸੋ ਇਹ ਹੋਏਗਾ ਜੀ ਆਪਣਾ ਦੇਸ਼ ਬੰਗਲਾਦੇਸ਼ ਠੀਕ ਹੈ ਜੀ ਸੋ यह है जी अपना देश बांग्लादेश सो तो बांग्लादेश की जी कैपिटल की गल करिए कैपिटल है जी टाका एंड करंसी है जी टाका और जो प्रेजिडेंट है जी शेख हसीना ठीक है जी सो तो बांग्लादेश अपनी बाउ बाउंडी लगती है जी फोर जीरो नाइन सिक्स किलोमीटर सब तो ज़्यादा इंटरनेशनल बाउंड्र अपनी कि कंट्री लगती है वह है जी तो अपना बांग्लादेश तो अपने को नैक्सट क्वेश्चन है जी ਇਹਦੇ ਤੇ 14 ਵਿੱਚੋਂ ਕਿਹੜੇ ਵਿੱਚ ਦੇਸ਼ ਦਾ ਪਹਿਲਾ ਕੇਂਦਰੀ ਏਸੀ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ ਸੋ ਸੈਂਟਰਲ ਏਸੀ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਹੈ ਜੀ ਬੈਂਗਲੌਰ ਵਿੱਚ ਜੋ ਕਿ ਕਰਨਾਟਕਾ ਦੀ ਰਾਜਧਾਨੀ ਹੈ ਠੀਕ ਹੈ ਜੀ ਸੋ ਕੈਂਪੇਗੋੜਾ ਦੀ ਤਰਜ਼ ਤੇ ਇਸ ਨੂੰ ਬਣਾਇਆ ਜਾ ਰਿਹਾ ਹੈ ਅਤੇ ਵਿਸ਼ਵਸਰਿਆ ਨੇ ਬਣਾਇਆ ਹੈ ਜੀ ਵਿਸ਼ਵਸਰਿਆ ਨੇ ਬਣਾਇਆ ਹੈ ਜੀ ਉਹਨਾਂ ਦੀ ਤਰਜ਼ ਤੇ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਵਿਜੇ ਹਜ਼ਾਰੇ ਟਰੋਫੀ 2021 ਕਿਸ ਨੇ ਜਿੱਤੀ ਹੈ ਸੋ વિજય હજાર ટ્રોફી ਬਾਰੇ ਜੇ ਗੱਲ ਕਰੀਏ ਤਾਂ ਇਸ ਨੂੰ ਇਸ ਦਾ ਜੋ ਅਨਦਰ ਨੇਮ ਹੈ ਉਹ ਹੈ ਜੀ ਰੰਜੀ ਵਨ ਡੇ ਟ੍ਰੋਫੀ ਰੰਜੀ ਵਨ ਡੇ ਟ੍ਰੋਫੀ ਠੀਕ ਹੈ ਜੀ ਇਸ ਦਾ ਅਨਦਰ ਨੇਮ ਹੈ ਜੀ ਰੰਜੀ ਵਨ ਡੇ ਟ੍ਰੋਫੀ ਸੋ ਇਸ ਨੂੰ ਲੈਜੈਂਡਰੀ ਇੰਡੀਅਨ ਕ੍ਰਿਕਟਰ ਵਿਜੇ ਹਜ਼ਾਰੇ ਦੇ ਨਾਮ ਤੇ ਹੀ ਇਸ ਦਾ ਨਾਮ ਪਿਆ ਠੀਕ ਹੈ ਜੀ ਸੋ ਇਸ ਵਾਰੀ ਜਿੱਤੀ ਹੈ ਜੀ ਮੁੰਬਈ ਨੇ ਇਸ ਵਾਰੀ ਜਿੱਤੀ ਹੈ ਜੀ ਮੁੰਬਈ ਨੇ 2021 ਦੀ ਟ੍ਰੋਫੀ ਜਿੱਤੀ ਹੈ ਜੀ ਵਿਜੇ ਹਜ਼ਾਰੇ ਮੁੰਬਈ ਨੇ ਇੱਕ ਜੋ ਆਪਣੇ ਕੋਲ ਰੰਜੀ ਟਰਾਫੀ ਹੈ ਉਸਦਾ ਯਾਦ ਰੱਖਣਾ ਕਿ 87 ਸਾਲ ਬਾਅਦ ਪਹਿਲੀ ਵਾਰੀ ਜੋ ਆਪਣੀ ਰੰਜੀ ਟਰਾਫੀ ਹੈ ਉਹ ਕੈਨਸਲ ਹੋਈ ਹੈ ਇਸ ਵਾਰ ਡੂ ਟੂ ਕੋਵਿਡ-19 ਤਾਂ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਹਾਲ ਹੀ ਦੇ ਵਿੱਚ ਸਵਿਟਜ਼ਰਲੈਂਡ ਤੋਂ ਬਾਅਦ ਬੁਰਕਾ ਪੈਨਨ ਤੇ ਪਾਬੰਦੀ ਲਗਾਉਂਦੀ ਖੁਸ਼ਨਾ ਕਿਹੜੇ ਦੇਸ਼ ਨੇ ਕੀਤੀ ਹੈ ਸੋ ਪਹਿਲੇ ਸਵਿਟਜ਼ਰਲੈਂਡ ਨੇ ਕੀਤੀ ਸੀ ਜੋ ਕਿ ਇੱਕ ਆਪਣੇ ਕੋਲ ਯੂਰੋਪੀਅਨ ਦੇਸ਼ ਸੀ ਇੱਥੇ ਇੱਕ रेफरेंस रेफरेंडम ਹੋਇਆ ਸੀ ਜਿੱਥੇ 51.02% ਲੋਕਾਂ ਨੇ ਕਿਹਾ ਸੀ ਕਿ ਅਸੀਂ ਆਪਣੇ ਦੇਸ਼ ਵਿੱਚ ਬੁਰਕਾ ਬੈਨ ਚਾਹੁੰਦੇ ਹਾਂ ਠੀਕ ਹੈ ਜੀ ਸੋ ਇਸ ਤੋਂ ਬਾਅਦ ਆਪਨੇ ਏਸ਼ੀਆ ਦੇ ਦੇਸ਼ ਆਪਣੇ ਗਵੰਢੀ ਮੁਲਕ ਸ਼੍ਰੀਲੰਕਾ ਨੇ ਇੱਕ ਐਲਾਨ ਕੀਤਾ ਹੈ ਕਿ ਅਸੀਂ ਵੀ ਬੁਰਕਾ ਬੈਨ ਆਪਣੇ ਦੇਸ਼ ਵਿੱਚ ਕਰਾਂਗੇ ਠੀਕ ਹੈ ਜੀ ਸੋ ਸ਼੍ਰੀਲੰਕਾ ਦੀ ਜੇ ਕੈਪੀਟਲ ਪੁੱਛ ਲਵੇ ਤਾਂ ਫਾਈਨੈਂਸ਼ੀਅਲ ਕੈਪੀਟਲ ਹੈ ਜੀ ਕੋਲੰਬੋ ਪਰ ਅਸਲੀ ਇਸ ਦੀ ਜੋ ਕੈਪੀਟਲ ਹੈ ਜੀ ਉਹ ਹੈ ਜੀ ਸ਼੍ਰੀ ਜੈ ਵਰਤਨਪੁਰਮ ਕੋਟੇ ਸ਼੍ਰੀ ਜੈ ਵਰਤਨਪੁਰਮ ਕੋਟੇ ਠੀਕ ਹੈ ਜੀ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ 13 ਮਾਰਚ 2021 ਨੂੰ ਉੱਤਰ ਪ੍ਰਦੇਸ਼ ਰਾਜ ਸਰਕਾਰ ਨੇ ਇਹ ਲਿਖਿਆ ਵਿੱਚੋਂ ਕਿਹੜੇ ਦਿਵਸ ਮਨਾਏ ਠੀਕ ਹੈ ਜੀ ਸੋ ਪਹਿਲਾਂ ਮਨਾਇਆ ਸੀ ਜੀ ਸਟ੍ਰੌਬਰੀ ਦਿਵਸ ਪਹਿਲਾਂ ਮਨਾਇਆ ਸੀ ਜੀ ਉੱਤਰ ਪ੍ਰਦੇਸ਼ ਸਰਕਾਰ ਨੇ ਸਟ੍ਰੌਬਰੀ ਦਿਵਸ ਫਿਰ ਮਨਾਇਆ ਜੀ ਆਪਾਂ ਗੁੱਡ ਮੌਸਮ ਦੀ ਗੱਲ ਕੀਤੀ ਸੀ ਜਗਰੀ ਫੈਸਟੀਵਲ ਠੀਕ ਹੈ ਜੀ ਸੋ ਹੁਣ ਜੋ ਮਨਾਇਆ ਹੈ 13 ਮਾਰਚ 2021 ਨੂੰ ਉਹ ਮਨਾਇਆ ਸੀ ਜੀ ਕਾਲਾ ਨਮਕ ਰਾਈਸ ਫੈਸਟੀਵਲ ਕਾਲਾ ਨਮਕ ਰਾਈਸ ਫੈਸਟੀਵਲ ਇੱਕ ਵਿਸ਼ੇਸ਼ ਤਰ੍ਹਾਂ ਦਾ ਜੋ ਉੱਥੇ ਕਾਲਾ ਨਮਕ ਰਾਈਸ ਹੁੰਦਾ ਹੈ ਠੀਕ ਹੈ ਜੀ ਉਸ ਦੀ ਸੁਰੱਖਿਸ਼ਨ ਲਈ ਮਤਲਬ ਉਸ ਨੂੰ ਵਧਾਵਾ ਦੇਣ ਲਈ ਉਸ ਬਾਰੇ ਪੈਦਾ ਕਰਨ ਲਈ ਜਾਣਕਾਰੀ ਠੀਕ ਹੈ ਸੋ ਇਹ ਬਣਾਇਆ ਹੈ ਜੀ ਕਾਲਾ ਨਮਕ ਰਾਈਸ ਫੈਸਟੀਵਲ ਇਸ ਦਾ ਆਪਣਾ ਰਾਈਟ ਆਨਸਰ ਬੀ ਹੋਏਗਾ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਹਾਲ ਹੀ ਦੇ ਵਿੱਚ ਸ਼੍ਰੀ ਕਾਂਤ ਮੋਗੇ ਜੀ ਦਾ ਨਿਦਨ ਹੋ ਗਿਆ ਹੈ ਸ਼੍ਰੀ ਕਾਂਤ ਮੋਗੇ ਜੀ ਦਾ ਨਿਦਨ ਹੋ ਗਿਆ ਹੈ ਉਹ ਕੌਣ ਸਨ ਸੋ ਉਹ ਸਨ ਜੀ ਆਪਣੇ ਕੋਲ ਅਦਾਕਾਰ ਸਨ ਉਹ ਆ ਸਨ ਜੀ ਐਕਟਰ ਸਨ ਉਹ ਇੰਡੀਅਨ ਫਿਲਮ ਐਂਡ ਇੰਡੀਅਨ ਥੀਏਟਰ ਦੇ ਮੰਨੇ ਪਰਮੰਨੇ ਐਕਟਰਸ ਹਨ ਜੋ ਕਿ ਹਿੰਦੀ ਅਤੇ ਮਰਾਠੀ ਭਾਸ਼ਾ ਵਿੱਚ ਵੀ ਕੰਮ ਕਰਦੇ ਸਨ ਇਹਨਾਂ ਦਾ ਹਾਲ ਹੀ ਦੇ ਵਿੱਚ ਕੀ ਹੋ ਗਿਆ ਜੀ ਨਿਦਨ ਹੋ ਗਿਆ ਹੈ ਸੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਇੰਡੀਅਨ ਬੈਂਕ ਦਾ ਐਗਜ਼ੀਕਿਊਟਿਵ ਡਾਇਰੈਕਟਰ ਕਿਸ ਨੂੰ ਕੌਸ਼ਿਤ ਕੀਤਾ ਹੈ ਸੋ ਇੰਡੀਅਨ ਜੋ ਬੈਂਕ ਹੈ ਇੰਡੀਅਨ ਬੈਂਕ ਇਸ ਦਾ ਜੋ ਐਗਜ਼ੀਕਿਊਟਿਵ ਡਾਇਰੈਕਟਰ ਕਾਰਜਕਾਰੀ ਡਾਇਰੈਕਟਰ ਜੋ ਹਾਲ ਹੀ ਦੇ ਵਿੱਚ ਬਣਾਇਆ ਗਿਆ ਹੈ ਉਹ ਹਾਂ ਜੀ ਆਪਣੇ ਇਮਰਾਨ ਅਮੀਨ ਸਿੱਧਕੀ ਇਮਰਾਨ ਅਮੀਨ ਸਿੱਧਕੀ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਯੂ ਐਸ ਦੇ ਸਕੱਟਰੀ ਆਫ ਡਿਫੈਂਸ ਜੋ ਕਿ ਤਿੰਨ ਦਿਵਸੀ ਭਾਰਤ ਦੌਰੇ ਤੇ ਆਏ ਹਨ ਮਾਰਚ 19 ਨੂੰ ਸੋ ਤਿੰਨ ਦਿਵਸੀ ਭਾਰਤ ਦੌਰੇ ਤੇ ਆਏ ਹਨ ਆਪਣੇ ਯੂ ਐਸ ਦੇ ਸਕੱਟਰੀ ਆਫ ਡਿਫੈਂਸ ਸੋ ਇਹਨਾਂ ਦਾ ਨਾਮ ਕੀ ਹੈ ਜਰਨਲ ਲੋਇਡ ਜੇ ਆਸਟਨ ਜਰਨਲ ਲੋਇਡ ਜੇ ਆਸਟਨ ਸੋ ਇਹ ਹਨ ਜੀ ਯੂ ਐਸ ਦੇ ਨਵੇਂ ਸਕੱਟਰੀ ਆਫ ਡਿਫੈਂਸ ਜਿਵੇਂ ਆਪਣੇ ਡਿਫੈਂਸ ਮਿਨਿਸਟਰ ਹੁੰਦਾ ਹੈ ਉੱਥੇ ਹੁੰਦਾ ਹੈ ਜੀ ਸਕੱਟਰੀ ਆਫ ਡਿਫੈਂਸ ਇਹ ਤਿੰਨ ਦਿਵਸੀ ਭਾਰਤੀ आए हुए कौन आए हुए हैं डिफेंसरी ऑफ डिफेंस यानी कि लॉयड अपने अपना नैक्सट क्वेश्चन है आई एस एस एफ यानी कि इंटरैशनल शूटिंग स्पोर्ट्स फैडरेशन इंटरशनल शूटिंग स्पोर्ट्स फैडरेशन ने हाल ही वर्ल्ड कप दो हजार इक्की रखा ठीक है जी ਸੋ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਨੇ ਹਾਲ ਹੀ ਦੇ ਵਿੱਚ 2021 ਵਿੱਚ ਵਰਲਡ ਸ਼ੂਟਿੰਗ ਵਰਲਡ ਕੱਪ ਰੱਖਿਆ ਸੀ ਸੋ ਇਸ ਦੀ ਸ਼ੁਰੂਆਤ ਹੋਈ ਸੀ ਆਪਨੇ ਕੈਪੀਟਲ ਦਿੱਲੀ ਵਿੱਚ ਸੋ ਇਸ ਦੀ ਸ਼ੁਰੂਆਤ ਹੋਈ ਸੀ ਆਪਨੀ ਕੈਪੀਟਲ ਦਿੱਲੀ ਵਿੱਚ ਇਸ ਤੋਂ ਲਾਗੂ ਹੋ ਸਕਦਾ ਹੈ ਕਿ ਜੋ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਹੈ ਵਰਲਡ ਕੱਪ ਦੀ ਸ਼ੁਰੂਆਤ ਇਸ ਨੇ ਕਦੋਂ ਤੋਂ ਕੀਤੀ ਸੋ 1986 ਤੋਂ ਲੈ ਕੇ ਵਰਲਡ ਕੱਪ ਕਰਵਾਉਂਦੀ ਆ ਰਹੀ ਹੈ ਸ਼ੂਟਿੰਗ ਦਾ ਸੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ 11 ਮਾਰਚ 2021 ਨੂੰ ਮੁੱਖ ਮੰਤਰੀ ਹਿਮਤ ਸੁਰੇਨ ਸੋ ਉਥੇ ਮੁੱਖ ਮੰਤਰੀ ਦੇ ਨਾਮ ਨਾਲ ਹੀ ਤੁਸੀਂ ਆਨਸਰ ਦਾ ਅੰਦਾਜ਼ਾ ਲਗਾ ਸਕਦੇ ਹੋ ਹਿਮਤ ਸੁਰੇਨ ਨੇ ਕੀ ਕੀਤਾ ਹੈ 11ਵੇਂ ਹੋਕੀ ਇੰਡੀਆ ਸਬ ਜੂਨੀਅਰ ਮਹਿਲਾਜ਼ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਹੈ 11ਵੇਂ ਹੋਕੀ ਇੰਡੀਆ ਸਬ ਜੂਨੀਅਰ ਮਹਿਲਾ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਹੈ ਸੋ ਇਹ ਕਿੱਥੇ ਹੈ ਜੀ ਇਹ ਝਾਰਖੰਡ ਵਿੱਚ ਕਿਉਂਕਿ ਹਿਮਤ ਸੁਰੇਨ ਹਾਂਜੀ ਝਾਰਖੰਡ ਦੇ ਸੀਐਮ ਸੋ ਹਿਮਤ ਸੁਰੇਨ ਹਾਂਜੀ ਝਾਰਖੰਡ ਦੇ ਸੀਐਮ ਅਗਰ ਜੇ ਝਾਰਖੰਡ ਦੀ ਕੈਪੀਟਲ ਦੀ ਗੱਲ ਕਰੀਏ ਤਾਂ ਉਹ ਹੈ ਜੀ ਆਪਣੇ ਕੋਲ ਰਾਂਚੀ ਐਂਡ ਗਵਰਨਰ ਹਾਂ ਜੀ ਆਪਣੇ ਕੋਲ ਦਰਪਦੀ ਮੁਰਮੂ ਦਰਪਦੀ ਮੁਰਮੂ ਤਾਂ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਹਾਲ ਹੀ ਦੇ ਵਿੱਚ ਫਰਵਰੀ ਲਈ ਆਈਸੀਸੀ ਪਲੇਅਰ ਆਫ ਦਾ ਮੰਥ ਜਿਵੇਂ ਆਪਾਂ ਦੇਖਿਆ ਸੀ ਕਿ ਆਈਸੀਸੀ ਨੇ ਇਸ ਸਾਲ ਹੀ ਇੱਕ ਨਵਾਂ ਅਵਾਰਡ ਲਾਂਚ ਕੀਤਾ ਹੈ ਉਸ ਦਾ ਨਾਮ ਹੈ ਜੀ ਪਲੇਅਰ ਆਫ ਦਾ ਮੰਥ ਅਗਰ ਆਪਾਂ ਜਨਵਰੀ ਦੀ ਗੱਲ ਕਰੀਏ ਤਾਂ ਇਹ ਮਿਲਿਆ ਸੀ ਜੀ ਆਪਣੇ ਰਿਸ਼ਭ ਪੰਤ ਨੂੰ ਰਿਸ਼ਭ ਪੰਤ ਨੂੰ ਕਿਉਂਕਿ ਉਹਨਾਂ ਨੇ ਆਸਟ੍ਰੇਲੀਆ ਦੇ ਵਿਰੁੱਧ ਟੈਸਟ ਮੈਚ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਹੁਣ ਜੇ ਆਪਾਂ ਫਰਵਰੀ ਦੀ ਗੱਲ ਕਰੀਏ ਤਾਂ ਇਹ ਮਿਲਿਆ ਜੀ ਆਪਣੇ ਆਰ ਅਸ਼ਵਿਨ ਨੂੰ ਕਿਉਂਕਿ ਹੁਣ ਜੋ ਆਪਨਾ ਇੰਗਲੈਂਡ ਨਾਲ ਟੈਸਟ ਮੈਚ ਹੋਇਆ ਸੀ ਉਹਨਾਂ ਵਿੱਚ ਇਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ ਠੀਕ ਹੈ ਜੀ ਸੋ ਫਰਵਰੀ ਤੇ ਬਣੇ ਹਾਂ ਜੀ ਆਪਣੇ ਆਰ ਅਸ਼ਵਿਨ ਠੀਕ ਹੈ ਜੀ ਅਗਰ ਜੇ ਆਪਾਂ ਊਮਨਸ ਪਲੇਅਰ ਆਫ ਦਾ ਮੰਥ ਦੀ ਗੱਲ ਕਰੀਏ ਫਰਵਰੀ 2021 ਦੀ ਤਾਂ ਉਹ ਹੈ ਜੀ ਇੰਗਲੈਂਡਸ ਦੇ ਇੰਗਲੈਂਡ ਦੇ ਟੈਮੀ ਬਿਮੰਟ ਟੈਮੀ ਬਿਮੰਟ ਠੀਕ ਹੈ ਜੀ ਸੋ ਪਲੇਅਰ ਆਫ ਦਾ ਮੰਥ ਨਵਾ ਅਵਾਰਡ ICC ਨੇ ਲਾਂਚ ਕੀਤਾ ਹੈ ਸੋ ਇਸ ਵਾਰ ਤੁਸੀਂ ਯਾਦ ਰੱਖਣਾ ਹੈ ਸੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਹਾਲ ਹੀ ਦੇ ਵਿੱਚ 25.54 ਕਿਲੋਮੀਟਰ ਦੀ ਇੱਕ ਸੜਕ ਬਣਾਈ ਹੈ ਕਿੰਨੇ ਘੰਟਿਆਂ ਵਿੱਚ ਸੋ ਆਪਾਂ ਦੱਸਣਾ ਹੈ ਕਿ NHAI ਜੋ ਆਪਣੀ ਹੈ ਜੀ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਇੱਕ ਕਿੰਦੇ ਅੰਡਰ ਹੈ ਜੀ ਇਹ ਅੰਡਰ ਹੈ ਜੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ ਠੀਕ ਹੈ ਜੀ ਸੋ ਇਸ ਨੇ ਕੀ ਕੀਤਾ ਜੀ ਇੱਕ ਸੜਕ ਦਾ ਨਿਰਮਾਣ ਕੀਤਾ ਹੈ ਜੀ ਜੋ ਕਿ ਸੀ 25.5 ਕਿਲੋਮੀਟਰ ਇੰਨੇ ਘੰਟਿਆਂ ਵਿੱਚ 18 ਘੰਟਿਆਂ ਦੇ ਵਿੱਚ ਸੋ ਇਹ ਆਪਦੇ ਆਪ ਵਿੱਚ ਇੱਕ ਵਰਲਡ ਰਿਕਾਰਡ ਹੈ 18 ਘੰਟਿਆਂ ਵਿੱਚ ਇੰਨੀ ਸੜਕ ਦਾ ਨਿਰਮਾਣ ਲਗਾਤਾਰ ਕੀਤਾ ਹੈ ਠੀਕ ਹੈ ਜੀ ਸੋ ਰੋਡ ਅਤੇ ਟਰਾਂਸਪੋਰਟ ਐਂਡ ਹਾਈਵੇ ਦੇ ਮਿਨਿਸਟਰ ਹਾਂ ਜੀ ਆਪਣੇ ਨਿਤਿਨ ਗੱਡਕਰੀ ਐਂਡ ਜੋ ਆਪਾਂ ਐਨ ਐਚ ਏ ਦੇ ਐਨ ਐਚ ਏ ਆਈ ਦੇ ਬਾਰੇ ਗੱਲ ਕਰੀਏ ਤਾਂ ਇਸ ਦਾ ਮੋਟੋ ਹੈ ਜੀ ਨਾਟ ਜਸ ਰੋਡਸ ਬਿਲਡਿੰਗ ਅ ਨੇਸ਼ਨ ਨਾਟ ਜਸ ਰੋਡਸ ਬਿਲਡਿੰਗ ਅ ਨੇਸ਼ਨ ਠੀਕ ਹੈ ਜੀ ਸੋ NHAI ਦੀ ਫਾਰਮੇਸ਼ਨ ਹੋਈ ਸੀ ਜੀ 1995 1995 ਤੋਂ ਆਪਨੇ ਕੋਰਸ ਚੱਲ ਰਹੇ ਹਾਂ ਜੀ ਐਂਟੀਟੀ 8393 ਭਰਤੀ ਦਾ 10 ਦੇ 10 ਸਬਜੈਕਟ ਦਾ ਤੁਸੀਂ ਕੋਰਸ ਲੈ ਸਕਦੇ ਹੋ ਪ੍ਰੀ ਰਿਕਾਰਡਡ ਲੈਕਚਰਸ ਵੀਡੀਓ ਲੈਕਚਰਸ ਠੀਕ ਹੈ ਜੀ ਐਂਡ ਪੀਡੀਫ ਨੋਟਸ ਵਿਦ ਐਮਸੀਕਿਊਸ ਟੌਪਿਕ ਵਾਈਜ਼ ਠੀਕ ਹੈ ਜੀ ਅਗਰ ਜੇ ਤੁਸੀਂ 60 ਨੰਬਰਾਂ ਦੀ ਵੱਖਰੀ ਤਿਆਰੀ ਕਰਨਾ ਚਾਹੁੰਦੇ ਹੋ ਜੋ ਕਿ ਬੇਸ ਹੈ ਜੀ ਸਾਡੇ ਕੋਰਸ ਦਾ ਤਾਂ ਉਹ ਹੈ ਜੀ ਸੀਡੀਪੀ ਕਰਿਕੂਲਮ ਐਂਡ ਪੋਲਿਸੀਜ਼ ਐਂਡ ਪ੍ਰੋਗਰਾਮਸ ਤੋ ਇਸ ਸੈਪਰੇਟ ਕੋਰਸ ਵੀ ਤੁਸੀਂ ਲੈ ਸਕਦੇ ਹੋ ਡੈਮੋ ਵੇਖਣ ਲਈ ਤੁਸੀਂ ਟੈਟ ਬਜ਼ਰ ਐਪਲੀਕੇਸ਼ਨ ਨੂੰ ਇੰਸਟਾਲ ਕਰਨਾ ਹੈ ਜੇਵ ਦੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰਨਾ ਹੈ ਠੀਕ ਹੈ ਜੀ ਤੋ ਆਪਣਾ ਆਪਣਾ ਨੈਕਸਟ ਕੁਐਸਚਨ ਹੈ ਜੀ ਟੂ ਵੂਲ ਦਾ ਰੀਸੈਂਟ ਐਫ ਆਈ ਆਫ ਅਵਾਰਡ ਵੀ 기ਵਨ ਸੋ ਐਫ ਆਈ ਆਫ ਦਾ ਮਤਲਬ ਹੈ ਜੀ ਇੰਟਰਨੈਸ਼ਨਲ ਫੈਡਰੇਸ਼ਨ ਆਫ ਫਿਲਮ ਆਰਕਾਈਵਸ ਇੰਟਰਨੈਸ਼ਨਲ ਫੈਡਰੇਸ਼ਨ ਆਫ ਫਿਲਮ ਆਰਕਾਈਵਸ ਸੋ ਇਸ ਦਾ ਅਵਾਰਡ ਮਿਲਿਆ ਹੈ ਜੀ ਆਪਣੇ ਅਮਿਤਾਬ ਬਚਨ ਜੀ ਨੂੰ ਲੇਜੈਂਡ ਆਫ ਦਾ ਇੰਡਸਟਰੀ ਠੀਕ ਹੈ ਜੀ ਸੋ ਅਮਿਤਾਬ ਬਚਨ ਜੀ ਨੂੰ ਮਿਲਿਆ ਹੈ ਜੀ ਐਫ ਆਈਏਐਫ ਦਾ ਰੀਸੈਂਟ ਵਿੱਚ ਅਵਾਰਡ ਮਿਲਿਆ ਹੈ ਸੋ ਆਪਾਂ ਆਪਣੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਆਰਥਿਕ ਸੁਤੰਤਰਤਾ ਸੂਚੀ ਪੱਤਰ 2021 ਯਾਨੀ ਕਿ ਇਕਨੋਮਿਕ ਫਰੀडम ਇੰਡੈਕਸ 2021 ਨੂੰ ਕਿਸ ਨੇ ਟੌਪ ਕੀਤਾ ਹੈ ਯਾਨੀ ਕੀ ਕੌਣ ਫਸਟ ਸਥਾਨ ਤੇ ਹੈ ਸੋ ਫਸਟ ਸਥਾਨ ਤੇ ਹੈ ਜੀ ਆਪਣਾ ਸਿੰਗਾਪੁਰ ਸਿੰਗapore ਏਸ਼ੀਆਈ ਦੇਸ਼ ਹੈ ਜੀ ਜੋ ਕਿ ਫਸਟ ਆਨ ਤੇ ਹੈ ਠੀਕ ਹੈ ਜੀ ਕਿਸ ਦੇ ਵਿੱਚ ਇਕਨੋਮਿਕ ਫਰੀडम ਇੰਡੈਕਸ ਉਹ ਇਕਨੋਮਿਕ ਫਰੀडम ਇੰਡੈਕਸ ਨੂੰ ਕੌਣ ਜਾਰੀ ਕਰਦਾ ਹੈ ਦਾ ਹੈਰੀਟੇਜ ਫਾਊਂਡੇਸ਼ਨ ਦਾ ਹੈਰੀਟੇਜ ਫਾਊਂਡੇਸ਼ਨ ਇਸ ਨੂੰ ਜਾਰੀ ਕਰਦਾ ਹੈ ਸੋ ਸਿੰਗਾਪੁਰ ਦਾ 100 ਵਿੱਚ ਸਕੋਰ ਹੈ ਜੀ 89.7 89.7 ਜਦ ਕਿ ਨਿਊਜ਼ੀਲੈਂਡ ਦਾ ਸਕੋਰ ਹੈ 83.9 ਅਤੇ ਨਿਊਜ਼ੀਲੈਂਡ ਹੈ ਜੀ ਸੈਕੰਡ ਸੈਕੰਡ ਨੰਬਰ ਤੇ ਜਦ ਕੀ ਜੇ ਆਪਾਂ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੀ ਰੈਂਕ ਹੈ ਜੀ 121 ਐਂਡ ਇੰਡੀਆ ਦਾ ਸਕੋਰ ਹੈ ਜੀ 100 ਵਿੱਚੋਂ 56.5 ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਹਾਲ ਹੀ ਦੇ ਵਿੱਚ ਲੂ ਔਟੈਂਸ ਦਾ ਨਿਦਨ ਹੋਇਆ ਹੈ ਲੂ ਔਟੈਂਸ ਦਾ ਨਿਦਨ ਹੋਇਆ ਹੈ ਸੋ ਉਹ ਕਿਸ ਲਈ ਜਾਣੇ ਜਾਂਦੇ ਸਨ ਉਹਨਾਂ ਦੀ ਕਨਵਿਕਸ਼ਨ ਕੀ ਹੈ ਉਹਨਾਂ ਨੇ ਕੀ ਬਣਾਇਆ ਸੀ ਸੋ ਲੂ ਔਟੈਂਸ ਨੇ ਬਣਾਏ ਸੀ ਜੀ ਆਡੀਓ ਕੈਸਟ ਟੇਪ ਜੋ ਕਿ ਆਪਾਂ ਆਪਣੇ ਜਮਾਨੇ ਵਿੱਚ ਸੁਣਦੇ ਸੀ ਆਡੀਓ ਕੈਸਟ ਟੇਪ ਨਨ ਮਲਾਈਸੀ ਦੀ ਲੋ ਟੈਂਸ ਨੇ ਇਹਨਾਂ ਦਾ ਹਾਲੀ ਦੇ ਵਿੱਚ ਕੀ ਹੋ ਗਿਆ ਹੈ ਜੀ ਨਿਦਨ ਹੋ ਗਿਆ ਹੈ ਸੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਵਿਚ ਸਟੇਟ ਗਵਰਨਮੈਂਟ ਹੈਜ਼ ਰੀਸੈਂਟਲੀ ਸੈਟ ਅਪ ਪੈਟ੍ਰੀਓਟਿਕ ਬਜਟ ਫॉर 69000 ਕਰੋੜ ਸੋ ਕਿਹੜੀ ਦੇਸ਼ ਦੀ ਆਪਨੇ ਸਟੇਟ ਨੇ ਸਟੇਟ ਨੇ ਇੱਕ ਬਜਟ ਲਾਂਚ ਕੀਤਾ ਜੀ 69000 ਕਰੋੜ ਰੁਪਏ ਦਾ ਜਿਸ ਨੂੰ ਕੀ ਕਿਹਾ ਜਾਂਦਾ ਹੈ ਜੀ ਦੇਸ਼ ਭਗਤੀ ਬਜਟ ਦੇਸ਼ ਭਗਤੀ ਬਜਟ ਇਸ ਦਾ ਨਾਮ ਰੱਖਿਆ ਹੈ ठीक है जी सो उत्तर हजार करोड़ का जो देश भगती बजट है ये लॉन्च किया है जी दिल्ली सरकार ने दिल्ली गवर्नमेंट ने तो सी एम जी आपने अरविंद केजरीवाल एंड एल जी हाँ जी अनिल बैजल अनिल बैजल सो एल जी बारे जरूर याद रखना है तो अपने को अपना नैक्सट डे क्वेश्चन है जी ग्लोबल रीसाइकलिंग डे ग्लोबल रीसाइकलिंग डे ਕਦੋਂ ਮਨਾਇਆ ਜਾਂਦਾ ਹੈ ਸੋ ਗਲੋਬਲ ਰੀਸਾਈਕਲਿੰਗ ਡੇ ਮਨਾਇਆ ਜਾਂਦਾ ਹੈ ਜੀ ਹਰ ਸਾਲ 18 ਮਾਰਚ ਨੂੰ 18 ਮਾਰਚ ਨੂੰ ਸੋ ਇਸ ਨੂੰ ਕੌਣ ਮਨਾਉਂਦੀ ਹੈ ਜੀ ਆਪਣੀ ਜੋ ਮਿਨਿਸਟਰੀ ਹੈ এনवायरमेंट ਮਿਨਿਸਟਰੀ এনवायरमेंट ਦੇ ਮਿਨਿਸਟਰ ਹਾਂ ਜੀ ਆਪਣੇ ਪ੍ਰਕਾਸ਼ ਜਾਵ ਡੇਕਰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੀ ਇਹਨਾਂ ਦੇ ਕੋਲ ਹੈ ਪ੍ਰਕਾਸ਼ ਜਾਵ ਡੇਕਰ ਸੋ ਇਸ ਸਾਲ ਜੋ ਆਪਣੀ 2021 ਦੀ ਥੀਮ ਹੈ ਉਹ ਹੈ ਜੀ ਦਾ ਰੀਸਾਈਕਲਿੰਗ ਹੀਰੋਸ ਦਾ ਰੀਸਾਈਕਲਿੰਗ ਹੀਰੋਸ ਠੀਕ ਹੈ ਜੀ ਸੋ 18 ਮਾਰਚ ਨੂੰ ਮਨਾਇਆ ਗਿਆ ਜੀ ਗਲੋਬਲ ਰੀਸਾਈਕਲਿੰਗ ਡੇ ਤੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਜੌਨ ਮੈਗਫਲੀ ਦਾ ਨਿਦਨ ਹੋਇਆ ਹੈ ਜੀ ਹਾਲੀ ਦੇ ਵਿੱਚ ਜੌਨ ਮੈਗਫਲੀ ਦਾ ਠੀਕ ਹੈ ਜੀ ਕਈ ਇਹਨੂੰ ਮੁੰਗਫਲੀ ਬੋਲਦੇ ਹੈ ਪਰ ਉਹ ਨਹੀਂ ਹੈ ਜੌਨ ਮੈਗਫਲੀ ਦਾ ਨਿਦਨ ਹੋਇਆ ਹੈ ਸੋ ਇਹ ਕਿੱਥੋਂ ਦੇ ਪ੍ਰੈਜ਼ੀਡੈਂਟ ਸਨ ਸੋ ਇਹ ਪ੍ਰੈਜ਼ੀਡੈਂਟ ਸਨ ਜੀ ਤੰਜ਼ਾਨੀਆ ਦੇ ਤੰਜ਼ਾਨੀਆ ਦੇ ਅਤੇ ਤੰਜ਼ਾਨੀਆ ਦੀ ਹੁਣ ਨਵੀਂ ਪ੍ਰੈਜ਼ੀਡੈਂਟ ਬਣ ਗਈ ਹੈ ਮੈਡਮ ਸਾਮੀਆ ਸੁਲੂਹ ਸਾਮੀਆ ਸੁਲੂਹ ਠੀਕ ਹੈ ਜੀ ਅਤੇ ਜੇ ਤੁਹਾਡੇ ਕੋਲ ਤੰਜ਼ਾਨੀਆ ਦੀ ਕੈਪੀਟਲ ਪੁੱਛੇ ਤਾਂ ਉਹ ਹੈ ਜੀ ਡੋਡੋਮਾ ਡੋਡੋਮਾ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਹਰਾਤ ਫੈਸਟੀਵਲ ਕਿੱਥੇ ਮਨਾਇਆ ਜਾਂਦਾ ਹੈ ਕਿਹੜੀ ਸਟੇਟ ਜਾਂ ਕਿਹੜੀ ਯੂਨੀਅਨ ਟੈਰੀਟਰੀ ਵਿੱਚ ਹਰਾਤ ਫੈਸਟੀਵਲ ਮਨਾਇਆ ਜਾਂਦਾ ਹੈ ਸੋ ਇਹ ਮਨਾਇਆ ਜਾਂਦਾ ਹੈ ਜੀ ਆਪਣੇ ਜੰਮੂ ਕਸ਼ਮੀਰ ਵਿੱਚ ਇਹ ਕਸ਼ਮੀਰੀ ਪੰਡਿਤਾਂ ਦਾ ਇੱਕ ਫੈਸਟੀਵਲ ਹੈ ਇਸ ਦਿਨ ਉਹ ਸ਼ਿਵ ਪਾਰਵਤੀ ਅਤੇ ਗਣੇਸ਼ ਦੀ ਮੂਰਤੀ ਨੂੰ ਆਪਣੇ ਘਰ ਦੇ ਵਿੱਚ ਸਥਾਪਿਤ ਕਰਦੇ ਹਨ ਅਤੇ ਪੁਰਾਣੇ ਜੋ ਕਿ ਬਰਤਨ ਹੁੰਦੇ ਹਨ ਉਹਨਾਂ ਦੇ ਵਿੱਚ ਖਾਣਾ ਤਿਆਰ ਕਰਦੇ ਹਨ ਠੀਕ ਹੈ ਜੀ ਸੋ ਜੰਮੂ ਕਸ਼ਮੀਰ ਬਾਰੇ ਜੇ ਆਪਾਂ ਡਿਸਕ੍ਰਿਪਟ ਸੈਕਸ਼ਨ ਵਿੱਚ ਜਾਣਕਾਰੀ ਪ੍ਰਾਪਤ ਕਰੀਏ ਤਾਂ ਉਹ ਹੈ ਜੀ ਆਪਨੇ ਕੋਲ ਇਸ ਨੂੰ ਯੂਨੀਅਨ ਟੈਰੀਟਰੀ ਦਾ ਦਰਜਾ ਮਿਲਿਆ ਜੀ 31 ਅਕਤੂਬਰ 2019 ਜਦੋਂ ਕਿ ਆਪਨੇ ਕੋਲ 5 ਅਕਤੂਬਰ ਨੂੰ 2019 ਨੂੰ ਆਪਨੇ ਕੋਲ ਅਬੋਲਿਸ਼ ਹੋਇਆ ਜੀ ਆਰਟੀਕਲ 370 ਠੀਕ ਹੈ ਜੀ ਉਸ ਤੋਂ ਬਾਅਦ ਹੀ ਆਪਾਂ ਨੂੰ 31 ਅਕਤੂਬਰ ਨੂੰ ਇਸ ਦਾ ਦਰਜਾ ਮਿਲਿਆ ਯੂਟੀ ਕਿਉਂਕਿ 31 ਅਕਤੂਬਰ ਨੂੰ ਰਾਸ਼ਟਰੀ ਇਕਤਾ ਦਿਵਸ ਸੀ ਸਰਦਾਰ ਵੱਲਭਾਈ ਪਟੇਲ ਜੀ ਦਾ ਜਨਮ ਦਿਵਸ ਸੀ ਅਗਰ ਜੇ ਆਪਾਂ ਇਸਦੀ ਕੈਪੀਟਲ ਬਾਰੇ ਗੱਲ ਕਰੀਏ ਸ਼੍ਰੀਨਗਰ ਦੀ ਤਾਂ ਹੈ ਜੀ ਆਪਣੇ ਕੋਲ ਮਈ 2 ਅਕਤੂਬਰ ਯਾਨੀ ਕਿ ਸਮਰ ਦੇ ਮੌਸਮ ਵਿੱਚ ਸਮਰ ਦੇ ਸੀਜ਼ਨ ਵਿੱਚ ਜੇ ਅਪਾਂ ਗੱਲ ਕਰੀਏ ਤਾਂ ਸ਼੍ਰੀਨਗਰ ਹੈ ਐਂਡ ਜੇ ਆਪਾਂ ਵਿੰਟਰ ਦੇ ਸੀਜ਼ਨ ਦੇ ਬਾਰੇ ਗੱਲ ਕਰੀਏ ਤਾਂ ਉਹ ਹੈ ਜੀ ਆਪਣੇ ਕੋਲ ਜੰਮੂ ਠੀਕ ਹੈ ਜੀ ਸੋ ਲੈਫਟੀਨੈਂਟ ਗਵਰਨਰ ਬਾਰੇ ਜ਼ਰੂਰ ਯਾਦ ਰੱਖਣਾ ਹੈ ਲੈਫਟੀਨੈਂਟ ਗਵਰਨਰ ਹਾਂ ਜੀ ਆਪਣੇ ਮਨੋਜ सिन्हा ਮਨੋਜ सिन्हा ਤੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਕਿਹੜੀ ਕੰਪਨੀ ਪੁਲਾੜ ਵਿੱਚ ਇੱਕ ਹੋਟਲ ਸਥਾਪਿਤ ਕਰਨ ਲਈ ਕੰਮ ਕਰ ਰਹੀ ਹੈ ਵਿੱਚ ਜੋ ਦ ਫੋਲੋਇੰਗ ਕੰਪਨੀ ਇਜ਼ ਵਰਕਿੰਗ ਟੂ ਸੈਟ ਅਪ ਅ ਹੋਟਲ ਇਨ ਸਪੇਸ ਸੋ ਏ ਜੋ ਹੈ ਇਸ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਜੋ ਇਸ ਤਰ੍ਹਾਂ ਦਾ ਆਪਣਾ ਸਪੇਸ ਵਿੱਚ ਜੋ ਹੋਟਲ ਬਣੇਗਾ ਠੀਕ ਹੈ ਜੀ ਸੋ ਇਸ ਵਿੱਚ ਇੱਕ ਦਿਨ ਜੇ ਤੁਸੀਂ ਰਹਿਣਾ ਹੈ ਤਾਂ ਤੁਹਾਨੂੰ 14 ਕਰੋੜ ਰੁਪਏ ਪੇ ਕਰਨਾ ਪੈਣਾ ਹੈ ਠੀਕ ਹੈ ਜੀ ਸੋ ਸਪੇਸ ਵਿੱਚ ਜੋ ਹੋਟਲ ਬਣੇਗਾ ਇਹ 2025 ਤੱਕ ਇਸ ਦਾ ਫੈਸਲਾ ਕੀਤਾ ਗਿਆ ਹੈ ਕਿ ਇਸ ਦੀ ਡੈਡਲਾਈਨ ਤੱਕ ਇਸ ਨੂੰ ਤਿਆਰ ਕਰ ਦਿੱਤਾ ਜਾਵੇਗਾ। ਸੋ ਜੋ ਕੰਪਨੀ ਹੈ ਉਸ ਦਾ ਹੈਡਕ quart ਹੈ ਜੀ ਕੈਲੀਫੋਰਨੀਆ ਤੇ ਕੰਪਨੀ ਦਾ ਨਾਮ ਹੈ ਜੀ orbital assembly ਜੋ ਕਿ ਇਹ ਆਪਣੇ ਕੋਲ ਹੋਟਲ ਤਿਆਰ ਕਰੇਗੀ ਸਪੇਸ ਦੇ ਵਿੱਚ ਸੋ ਤੁਸੀਂ ਰਜਿਸਟ੍ਰੇਸ਼ਨ ਕਰਵਾ ਲਓ ਜੇ ਤੁਸੀਂ ਜਾਣਾ ਹੈ। ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਦਸਟਲਿਕ 2 ਜੋ ਕਿ ਹਾਲ ਹੀ ਦੇ ਵਿੱਚ 10 ਮਾਰਚ 2021 ਤੋਂ ਇੱਕ ਐਕਸਰਸਾਈਜ਼ ਚੱਲ ਰਹੀ ਹੈ ਇੰਡੀਆ ਪਲਸ ਕਿਸ ਦੇ ਵਿੱਚ? ਇੰਡੀਆ ਦੇ ਨਾਲ ਕੌਣ ਕੰਟ ਇਸ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਸੋ ਇੰਡੀਆ ਪਲਸ ਉਜ਼ਬੇਕਿਸਤਾਨ ਉਜ਼ਬੇਕਿਸਤਾਨ ਸੋ ਉਜ਼ਬੇਕਿਸਤਾਨ ਇਸ ਵਿੱਚ ਪਾਰਟ ਲੈ ਰਿਹਾ ਹੈ ਠੀਕ ਹੈ ਜੀ ਸੋ ਉਜ਼ਬੇਕਿਸਤਾਨ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਇਥੋਂ ਦੀ ਕੈਪੀਟਲ ਹੈ ਜੀ ਤਾਸ਼ਕੰਤ ਤਾਸ਼ਕੰਦ ਵਿੱਚ ਆਪਣੇ ਜੋ ਲਾਲ ਬਹਾਦਰ ਸ਼ਾਸਤਰੀ ਸਨ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਸੀ ਸੋ ਉਸ ਵੇਲੇ ਇਹ ਸੋਵੀਅਤ ਯੂਨੀਅਨ ਦਾ 파ਰਟ ਸੀ ਉਜ਼ਬੇਕਿਸਤਾਨ ਬਾਅਦ ਵਿੱਚ ਇਹ ਬਣ ਗਿਆ ਜੀ ਅਲੱਗ ਕੰਟਰੀ ਠੀਕ ਹੈ ਜੀ 1991 ਦੇ ਵਿੱਚ ਸੋ ਤਾਸ਼ਕੰਦ ਵਿੱਚ ਇਸ ਇਸ ਦੀ ਕੈਪੀਟਲ ਹੈ ਅਤੇ ਤਾਸ਼ਕੰਦ ਦੇ ਵਿੱਚ ਹੀ ਆਪਣੇ ਫਾਰਮਰ ਪ੍ਰੈਜ਼ੀਡੈਂਟ ਲਾਲ ਬਦਸ਼ਾਸਤੀ ਜੀ ਦੀ ਡੈਥ ਹੋਈ ਸੀ ਸੋ ਉਜ਼ ਬੇਕਿਸਤਾਨ ਜੀ ਦੀ ਕਰੰਸੀ ਦੀ ਗੱਲ ਕਰੀਏ ਤਾਂ ਉਹ ਹੈ ਜੀ ਸੋਮ ਜੋ ਕਿ ਬਹੁਤ ਹੀ ਇੱਕ ਨੀਵੇਂ ਦਰਜੀ ਦੀ ਕਰੰਸੀ ਹੈ ਸੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਵਿਸ਼ਵ ਕਿਡਨੀ ਦਿਵਸ ਹਾਲੀ ਦੇ ਵਿੱਚ ਕਦੋਂ ਮਨਾਇਆ ਗਿਆ ਸੋ ਵਰਲਡ ਕਿਡਨੀ ਡੇ ਹਾਲੀ ਦੇ ਵਿੱਚ ਮਨਾਇਆ ਗਿਆ ਜੀ 11 ਮਾਰਚ ਨੂੰ 11 ਮਾਰਚ ਨੂੰ ਬੇਸਿਕਲੀ ਇਸ ਨੂੰ ਮਨਾਇਆ ਜਾਂਦਾ ਹੈ ਕਿ ਮਾਰਚ ਦੇ 2nd ਸੈਕਿੰਡ ਥਰਸਡੇ ਨੂੰ ਯਾਨੀ ਕਿ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ ਸੋ ਇਸ ਵਾਰੀ ਇਸ ਨੂੰ ਮਨਾਇਆ ਗਿਆ ਜੀ 11 ਮਾਰਚ ਨੂੰ ਕਿਸ਼ਰਬ ਕਿਡਨੀ ਦਿਵਸ ਤੁਹਾਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਕਿਸ ਦੇਸ਼ ਨੇ 8 ਮਾਰਚ 2021 ਨੂੰ ਪਲਾਟ ਫੋਜੀ ਵਿਆਸ ਐਕਸਟ੍ਰੈਕਟਸ ਦੀ ਸ਼ੁਰੂਆਤ ਕੀਤੀ ਸੋ ਐਕਸਟ੍ਰੈਕਟਸ ਇੱਕ ਸਪੇਸ ਐਕਸਰਸਾਈਜ਼ ਹੈ ਸਪੇਸ ਦੇ ਵਿੱਚ ਇਹ ਇੱਕ ਐਕਸਰਸਾਈਜ਼ ਹੈ ਜੋ ਕੀ ਕਰੇਗਾ ਜੀ ਫਰਾਂਸ ਸੋ ਫਰਾਂਸ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਕਿਹੜੀ ਐਕਸਰਸਾਈਜ਼ ਆਪਨੇ ਕੋਲ ਐਸਟ੍ਰੈਕਟਸ ਤੋ ਆਪਨੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਫੁਗਾਕੂ ਸੁਪਰ ਕੰਪਿਊਟਰ ਫੁਗਾਕੂ ਸੁਪਰ ਕੰਪਿਊਟਰ ਤੋਂ ਸਿੱਖਣਾ ਹੈ ਜੀ ਕਿਸ ਦੇਸ਼ ਨਾਲ ਸੰਬੰਧਿਤ ਹੈ ਸੋ ਇਹ ਬਣਾਇਆ ਹੈ ਜੀ ਜਾਪਾਨ ਨੇ ਸੋ ਇਹ ਦੀ ਜੋ ਸ਼ਮਤਾ ਹੈ ਸੋ ਸੁਪਰ ਕੰਪਿਊਟਰਾਂ ਤੋਂ ਵੀ ਜ਼ਿਆਦਾ ਹੈ ਸੋ ਫੁਗਾਕੂ ਇਜ਼ ਦਾ ਵਰਲਡਸ ਵੈਰੀ ਫਾਸਟ ਸੁਪਰ ਕੰਪਿਊਟਰ ਜਾਪਾਨ ਵਿੱਚ ਜਾਪਾਨ ਨੇ ਇਸ ਨੂੰ ਬਣਾਇਆ ਹੈ ਆਪਣਾ ਆਪਣਾ ਨੈਕਸਟ ਕੁਐਸਚਨ ਹੈ ਜੀ ਹਾਲ ਹੀ ਦੇ ਵਿੱਚ ਅਫਰੀਕਾ ਦੇ ਸਭ ਤੋਂ ਉੱਚੇ ਪਹਾੜ ਕਿਲੀ ਮੰਜ਼ਾਰੋ ਤੇ ਚੜਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਮਰ ਵਾਲਾ ਵਿਅਕਤੀ ਕੌਣ ਬਣ ਗਿਆ ਸੋ ਮਾਉਂਟ ਕਿਲੀ ਮੰਜ਼ਾਰੋ ਮਾਉਂਟ ਕਿਲੀ ਮੰਜ਼ਾਰੋ ਦੇ ਬਾਰੇ ਜੇ ਅੱਪਾ ਗੱਲ ਕਰੀਏ ਤਾਂ ਇਸ ਦੀ ਉਚਾਈ ਹੈ ਜੀ 5895 ਮੀਟਰ ਜੇ ਤੁਸੀਂ ਇਸ ਨੂੰ ਫੀਟ ਵਿੱਚ ਲਿਖਣਾ ਹੈ ਤਾਂ 19341 ਫੀਟ ਠੀਕ ਹੈ ਜੀ 5895 ਮੀਟਰ ਐਂਡ 19341 ਫੀਟ ਠੀਕ ਹੈ ਜੀ ਏ افਰੀਕਾ ਕੰਟੀਨੈਂਟ ਦੀ ਸਭ ਤੋਂ ਉੱਚੀ ਜੋ ਕਿ ਪर्वਤ ਦੀ ਚੋਟੀ ਹੈ ਠੀਕ ਹੈ ਜੀ افਰੀਕਾ ਵਿੱਚ ਸਭ ਤੋਂ ਉੱਚੀ ਹੈ ਜਿਵੇਂ ਏਸ਼ੀਆ ਵਿੱਚ ਆਪਣੀ ਮਾਉਂਟ ਐਵਰੇਸਟ ਹੈ ਉਵੇਂ ਇੱਥੇ ਹੈ ਜੀ ਕਿਲੀਮੰਜਾਰੋ ਠੀਕ ਹੈ ਜੀ ਸੋ ਕੁਐਸਚਨ ਵਿੱਚ ਆਪਾਂ ਦੱਸਣਾ ਹੈ ਕਿ ਸਭ ਤੋਂ ਛੋਟਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣਿਆ ਹੈ ਜੀ ਆਪਨੇ ਇੰਡੀਆ ਦਾ ਵਿਰਾਟ ਚੰਦਰਾ ਸੋ ਵਿਰਾਟ ਚੰਦਰਾ ਕਿੱਥੋਂ ਦਾ ਹੈ ਜੀ ਹైదరాబాద్ ਅਤੇ 7 ਸਾਲ ਦਾ ਹੀ ਹੈ ਸਿਰਫ ਅਤੇ 7 ਸਾਲ ਵਿੱਚ ਇਸ ਨੇ 5895 ਮੀਟਰ ਵਾਲੀ ਕਿਲੀਮਨਜ਼ਾਰੋ ਨੂੰ ਫਤਿਹ ਕਰ ਲਿੱਤਾ ਹੈ ਠੀਕ ਹੈ ਜੀ ਸੋ ਰੀਸੈਂਟਲੀ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਇਹ ਇੰਡੀਆ ਦੀ ਅਤੇ ਏਸ਼ੀਆ ਦੀ ਸਭ ਤੋਂ ਛੋਟੀ ਗਰਲ ਜਿਹੜੀ ਚੜੀ ਹੈ ਮਾਉਂਟ ਕਿਲੀਮਨਜ਼ਾਰੋ ਤੇ ਉਹ ਹੈ ਜੀ ਰਿਤਵਿਕਾ ਸਰੀ ਰਿਤਵਿਕਾ ਸਰੀ ਕਿੱਥੋਂ ਦੀ ਸੀ ਜੀ ਆਂਧਰਾ ਪ੍ਰਦੇਸ਼ ਦੀ ਸੋ ਵਿਰਾਟ ਚੰਦਰ ਬਾਰੇ ਤੁਸੀਂ ਯਾਦ ਰੱਖਣਾ ਹੈ ਉਮਰ ਇਸਤੀ ਹੈ ਜੀ 7 ਸਾਲ ਸੋ ਆਪਣੇ ਕੋਲ ਆਪਣਾ ਨੈਕਸਟ ਕੁਐਸਚਨ ਹੈ ਜੀ ਕਿਹੜੀਆਂ ਦੋ ਪਲਾਡ ਏਜੰਸੀਆਂ ਨੇ ਧਰਤੀ ਨਿਗਰਾਨੀ ਸੈਟੇਲਾਈਟ ਯਾਨੀ ਕਿ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਮਿਸ਼ਨ ਲਈ ਇੱਕ ਰੈਡਾਰ ਵਿਕਸਿਤ ਕੀਤਾ ਹੈ ਸੋ ਇਹ ਤੁਸੀ ਦੱਸਣਾ ਹੈ ਜੀ ਇਸ ਦਾ ਕੀ ਆਨਸਰ ਹੋਏਗਾ ਸੋ ਇਸ ਦਾ ਆਨਸਰ ਹੈ ਜੀ ISRO ਐਂਡ NASA ਸੋ ਇਸ ਦਾ ਕੰਬਾਈਨਡ ਨੇਮ ਹੈ ਜੀ ਆਪਣਾ ਜੋ ਮਿਸ਼ਨ ਹੈ ਜੀ NISAR ਸੋ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਇਹ ਬਹੁਤ ਹੀ ਕੋਸਟਲੀ ਇੱਕ ਸੈਟੇਲਾਈਟ ਬਣਾਈ ਜਾ ਰਹੀ ਹੈ ਜਿਸ ਦੇ ਵਿੱਚ ਆਪਾਂ ਨੂੰ ਅਰਥ ਦੀ ਜੋ ਆਬਜ਼ਰਵੇਸ਼ਨ ਮਿਨਰਲਸ ਕਿੱਥੇ ਹੈ ਐਲੀਮੈਂਟਸ ਕਿੱਥੇ ਹੈ ਇਸ ਦੇ ਬਾਰੇ ਬਹੁਤ ਹੀ हेल्पफुल सहाय बहुत ही बढ़िया सहायता मिलेगी ठीक है जी तो इसरो का अपना नाम है जी इंडियन स्पेस रिसर्च ऑर्गेनाइजेशन एंड नासा नैशनल एरोनॉटिक्स एंड स्पेस एजेंसी ठीक है जी तो इसरो ने जो इसलिए रेडार तैयार करना है उसका नाम है जी सिंथेटिक अपर्चर रेडार सो इसरो ने अपना काम कर दिता है इसरो ने अपना रिडार तैयार कर दिता है सो तो नासा अपना रिडार ਤਿਆਰ ਕਰੇਗਾ ਠੀਕ ਹੈ ਜੀ ਸੋ ਇਸਰੋ ਤੇ ਨਾਸਾ ਦੋਵਾਂ ਦਾ ਜੋ ਰਡਾਰ ਦੋਵਾਂ ਦਾ ਜੋ ਰਡਾਰ ਬਣੇਗਾ ਉਸ ਦਾ ਨਾਮ ਕੰਬਾਈਨ ਹੋ ਜਾਏਗਾ ਜੀ ਨਿਸਾਰ ਸੋ ਇਸ ਨੂੰ ਲਾਂਚ ਕੌਣ ਕਰੇਗਾ ਇਸਰੋ ਲਾਂਚ ਕਰੇਗਾ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਕੁਝ ਐਡਵਰਟਾਈਜ਼ਮੈਂਟ ਹੈ ਆਪਣੀ ਜੀ ਜਿਵੇਂ ਪੇਪਰ 1 ਦਾ ਪੀਐਸਟ 1 ਦਾ ਕੋਰਸ ਚੱਲ ਰਿਹਾ ਹੈ ਐਨਟੀਟੀ 8393 ਦਾ ਵੀ ਆਪਣਾ ਕੋਰਸ ਚੱਲ ਰਿਹਾ ਹੈ ਜਿਸ ਬਾਰੇ ਤੁਸੀਂ जानਦੇ ਹੋ ਠੀਕ ਹੈ ਜੀ ਸੋ ਤੁਸੀਂ ਕੁਐਰੀਜ਼ ਲਈ ਆਪਣੇ ਇਸ ਨੰਬਰ ਤੇ ਜ਼ਰੂਰ ਕੰਟੈਕਟ ਕਰਨਾ ਹੈ ਅਤੇ ਜੇ ਤੁਸੀਂ ਫ੍ਰੀ ਡੈਮੋਸ ਵੇਖਣਾ ਚਾਹੁੰਦੇ ਹੋ ਤਾਂ ਟੈਟ ਬਜ਼ਰ ਨਾਮ ਦੀ ਐਪਲੀਕੇਸ਼ਨ ਆਪਣੀ ਪਲੇ ਸਟੋਰ ਤੇ ਐਂਡ ਆਈਓਐਸ ਤੇ ਵੀ ਅਵੇਲੇਬਲ ਹੈ ਠੀਕ ਹੈ ਜੀ ਸੋ ਅਗਰ ਜੀ ਤੁਸੀਂ ਪੀਐਸਟੈਟ ਪੇਪਰ 2 ਦੀ ਤਿਆਰੀ ਕਰਨਾ ਚਾਹੁੰਦੇ ਹੋ ਸੈਪਰੇਟ ਲੈਕਚਰਸ ਲੈਣਾ ਚਾਹੁੰਦੇ ਹੋ ਤਾਂ ਐਸਐਸਟੀ ਦਾ ਵੀ ਲੈ ਸਕਦੇ ਹੋ ਮੈਥ ਐਂਡ ਸਾਇੰਸ ਦਾ ਵੀ ਲੈ ਸਕਦੇ ਹੋ ਸੈਪਰੇਟ ਇਹਨਾਂ ਦੀ ਬਹੁਤ ਹੀ ਨੋਮੀਨਲ ਜੀ ਫੀਸ ਹੈ ਠੀਕ ਹੈ ਜੀ ਸੋ ਫੋਰ More information you can join our Telegram channel and like us on Facebook page and you can follow us on Instagram. So this video the, the PDF है Telegram channel So thank you for listening. God bless you all.